ਦੂਸਰੀ ਗੱਲ ਜਿਹੜੀ ਉੱਥੇ ਬਲੀ ਦੀ ਗੱਲ ਆਈ ਹੈ, ਉਹਦੇ ਵਾਸਤੇ ਜ਼ਰੂਰੀ ਗੱਲ ਸਾਨੂੰ ਇਹ ਵਾਚਣਾ ਪਵੇਗਾ ਕਿ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 1708 ਦੇ ਵਿੱਚ ਅਕਤੂਬਰ 'ਚ ਉੱਥੇ ਜੋਤੀ ਜੋਤ ਸਮਾ ਗਏ ਨੇ। ਜਿਹੜੇ ਸਿੰਘ ਉੱਥੇ ਗੁਰੂ ਪਾਤਸ਼ਾਹ ਦੇ ਨਾਲ ਸੀਗੇ ਉਹਨਾਂ ਦੇ ਵਿੱਚੋਂ ਗੁਰੂ ਪਾਤਸ਼ਾਹ ਨੇ ਕੋਈ 25 ਸਿੰਘਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪੰਜਾਬ ਵੱਲ ਨੂੰ ਤੋਰ ਦਿੱਤਾ। ਗੁਰੂ ਪਾਤਸ਼ਾਹ ਦੇ ਕੋਲ ਉੱਥੇ ਰਹਿ ਗਏ ਨੇ ਭਾਈ ਦਇਆ ਸਿੰਘ ਜੀ ਤੇ ਕੁਝ ਸਿੰਘ ਹੋਰ। ਕੁਝ ਸਮੇਂ ਬਾਅਦ ਉਹ ਵੀ ਆਪਣੇ ਸਰੀਰਕ ਰੂਪ ਦੇ ਵਿੱਚ ਅਕਾਲ ਚਲਾਣਾ ਕਰ ਗਏ। ਫਿਰ ਉੱਥੋਂ ਦੀ ਜਿਹੜੀ ਸੇਵਾ ਸੀ ਸੰਤੋਖ ਦਾਸ ਦੇ ਕੋਲ ਆਈ, ਜਿੱਥੇ ਦਸਮ ਪਾਤਸ਼ਾਹ ਦਾ ਅੰਤਮ ਸੰਸਕਾਰ ਕੀਤਾ ਗਿਆ। ਸੰਤੋਖ ਦਾਸ ਦੀ ਮੌਤ ਤੋਂ ਬਾਅਦ ਇਹ ਜਿਹੜੀ ਸੇਵਾ ਸੀ ਦੱਖਣੀ ਲੋਕਾਂ ਦੇ ਕੋਲ ਆ ਗਈ। ਹੁਣ ਜਦੋਂ ਅਸੀਂ ਦੱਖਣੀ ਲੋਕਾਂ ਦਾ ਇਤਿਹਾਸ ਵੇਖਦੇ ਹਾਂ ਤਾਂ ਇਹ ਦੱਖਣ ਦੇ ਲੋਕ, ਜਦੋਂ ਅਸੀਂ ਹਿਊਨ ਸੈਂਗ ਨੂੰ ਪੜ੍ਹੋ, ਇੱਕ ਚਾਈਨੀਜ਼ ਟਰੈਵਲਰ ਹੋਇਆ ਹਿਊਨ ਸੈਂਗ, ਹਿਊਨ ਸੈਂਗ ਲਿਖਦਾ ਹੈ ਕਿ 7ਵੀਂ ਸਦੀ ਤੋਂ ਇਹਨਾਂ ਦੇ ਮੰਦਰਾਂ ਦੇ ਵਿੱਚ ਬੱਕਰੀ ਦੀ ਬਲੀ ਦੀ ਪ੍ਰਥਾ ਸੀ। ਤੁਸੀਂ ਹੋਰ ਪਿੱਛੇ ਚਲੇ ਜਾਓ, ਭਾਸਕਰ ਗ੍ਰਹਿ ਸੂਤਰ ਤੇ ਬ੍ਰਹਮ ਵੈਵਰਤ ਪੁਰਾਣ, ਉਹਨਾਂ ਦੇ ਵਿੱਚ ਲਿਖਿਆ ਕਿ ਇਹਨਾਂ ਮੰਦਰਾਂ ਦੇ ਵਿੱਚ ਗਊ ਦੀ ਬਲੀ ਦੀ ਪਰੰਪਰਾ ਸੀ। ਇੱਕ ਲਾਹੌਰੀ ਰਾਮ ਬਾਲੀ ਦੀ ਕਿਤਾਬ ਹੈ, ਕਿਆ ਹਿੰਦੂਆਂ ਨੇ ਗਊ ਮਾਸ ਖਾਇਆ, ਉਹਦੇ ਚੋਂ ਸਾਰੇ ਗ੍ਰੰਥਾਂ ਦੇ ਹਵਾਲੇ ਦੇ ਕੇ ਦੱਸਦਾ ਕਿ ਇਹਨਾਂ ਦੇ ਧਰਮ ਦੇ ਵਿੱਚ ਗਊ ਮਾਸ ਦੀ ਤੇ ਗਊ ਦੀ ਬਲੀ ਦੀ ਪਰੰਪਰਾ ਸੀ। ਇੱਥੋਂ ਤੱਕ ਕਿ ਭਾਸਕਰ ਗ੍ਰਹਿ ਸੂਤਰ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਚਿਰ ਤੱਕ ਵਰ ਔਰ ਵਧੂ ਦਾ ਵਿਆਹ ਹੀ ਸੰਪੂਰਨ ਨਹੀਂ ਜਿੰਨਾ ਚਿਰ ਉੱਥੇ ਗਊ ਦੀ ਬਲੀ ਨਹੀਂ ਦਿੱਤੀ ਜਾਂਦੀ। ਅੱਜ ਵੀ ਤੁਸੀਂ ਕਿਸੇ ਹਿੰਦੂ ਵੀਰ ਦਾ ਵੇਦੀ ਦੇ ਦੁਆਲੇ ਤੇ ਹੁੰਦਾ ਵਿਆਹ ਵੇਖਿਓ, ਉੱਥੇ ਇੱਕ ਤਿਨਕਾ ਤੋੜਨ ਦੀ ਰਸਮ ਕੀਤੀ ਜਾਂਦੀ ਹੈ, ਇੱਕ ਤਿਨਕਾ ਤੋੜ ਕੇ ਅਗਨੀ 'ਚ ਸੁੱਟਿਆ ਜਾਂਦਾ। ਭਾਸਕਰ ਗ੍ਰਹਿ ਸੂਤਰ ਨੂੰ ਪੜ੍ਹੀਏ ਤਾਂ ਉਹ ਤਿਨਕਾ ਤੋੜਨ ਦੀ ਰਸਮ ਉਸੇ ਸੰਕਲਪ ਦੇ ਮਾਤਰ ਹੈ ਕਿ ਅਸੀਂ ਗਊ ਦੀ ਬਲੀ ਦੇ ਦਿੱਤੀ ਹੈ, ਕਿਉਂਕਿ ਹੁਣ ਗਊ ਨਹੀਂ ਵੱਢਦੇ, ਉਹ ਤਿਨਕਾ ਤੋੜ ਕੇ ਕਹਿੰਦੇ ਅਸੀਂ ਗਊ ਦੀ ਬਲੀ ਦੇ ਦਿੱਤੀ ਹੈ। ਉਸੇ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਕਦੀ ਸਿਰ ਭੇਟ ਕਰਨ ਦੀ ਰਸਮ ਜਿਹੜੀ ਸੀ ਉਹ ਨਾਰੀਅਲ ਤੋੜਨ ਦੇ ਰੂਪ 'ਚ ਆ ਗਈ, ਜੀ ਅਸੀਂ ਆਪਣੇ ਆਪ ਨੂੰ ਭੇਟ ਕਰ ਦਿੱਤਾ। ਸੋ ਹਿਊਨ ਸੈਂਗ ਕਹਿੰਦਾ ਹੈ ਕਿ ਇਹਨਾਂ ਦੇ ਮੰਦਰਾਂ ਦੇ ਵਿੱਚ ਕਦੀ ਮਨੁੱਖਾਂ ਦੀ ਬਲੀ, ਅਥਰਵੇਦ ਨੂੰ ਪੜ੍ਹ ਕੇ ਵੇਖੋ, ਫਿਰ ਘੋੜਿਆਂ ਦੀ ਬਲੀ ਅਸ਼ਵਮੇਘ ਜੱਗ, ਫਿਰ ਗੈਂਡਿਆਂ ਦੀ ਬਲੀ ਗੈਂਡਾ ਮੇਘ ਜੱਗ, ਅਸੀਂ ਪੜ੍ਹ ਹੀ ਸਕਦੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜ਼ਿਕਰ ਕੀਤਾ, ਜੀਆਂ ਬੱਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕਸਾਈ, ਕਿ ਤੁਸੀਂ ਮੰਦਰਾਂ ਦੇ ਵਿੱਚ ਬਲੀਆਂ ਦਿੰਦੇ ਹੋ। ਸੋ ਉਹ ਦੱਖਣੀ ਪਰੰਪਰਾ ਦੇ ਵਿੱਚ ਮੰਦਰਾਂ ਦੇ ਵਿੱਚ ਬਲੀਆਂ ਦੇਣ ਦਾ ਵਿਧਾਨ ਤੁਰਿਆ ਹੁੰਦਾ ਸੀ, ਸਾਡੀ ਗੁਰਮਤਿ ਵਿਚਾਰਧਾਰਾ ਵਿੱਚ ਬਿਲਕੁਲ ਨਹੀਂ ਹੈਗਾ। ਜਦੋਂ ਉੱਥੇ ਨੰਦੇੜ ਸਾਹਿਬ ਗਏ ਸਿੱਖ ਜਿਹੜੇ ਗੁਰਮਤਿ ਵਿਚਾਰਧਾਰਾ ਤੋਂ ਜਾਣੂ ਸੀ, ਹੌਲੀ ਹੌਲੀ ਪੂਰੇ ਹੁੰਦੇ ਗਏ ਸਰੀਰਕ ਰੂਪ ਦੇ ਵਿੱਚ, ਤੇ ਉਹ ਸਾਰਾ ਪ੍ਰਬੰਧ ਇਹਨਾਂ ਦੱਖਣੀ ਲੋਕਾਂ ਦੇ ਕੋਲ ਆ ਗਿਆ। ਇਹਨਾਂ ਚੜਾਵੇ ਦੇ ਕਰਕੇ ਉਸ ਸਥਾਨਾਂ ਤੇ ਕਾਬਜ਼ ਤੇ ਹੋ ਗਏ, ਪਰ ਜਿਹੜੀਆਂ ਮੰਦਰ ਦੇ ਵਿੱਚ ਪਰੰਪਰਾ ਚੱਲਦੀਆਂ ਸੀ ਬਲੀਆਂ ਦੇਣ ਦੀਆਂ ਤੇ ਖੂਨ ਦੇ ਤਿਲਕ ਲਾਉਣ ਦੀਆਂ, ਉਹ ਆਪਣੇ ਨਾਲ ਹੀ ਲਏ। ਸੋ ਇਹ ਜਿਹੜੀ ਪਰੰਪਰਾ ਹੈ ਇਹ ਗੁਰਮਤ ਅਨੁਸਾਰੀ ਨਹੀਂ ਹੈਗੀ। ਇਹ ਗੱਲ ਠੀਕ ਹੈ ਕਿ ਯੁੱਧ ਵਿਦਿਆ ਦੇ ਵਿੱਚ ਨਿਪੁੰਨ ਯੋਧੇ ਜਿਹੜੇ ਨੇ ਖੁੱਲੇ ਜਾਨਵਰਾਂ ਦਾ ਸ਼ਿਕਾਰ ਜੰਗਲ ਦੇ ਵਿੱਚ ਕਰਦੇ ਰਹੇ ਨੇ। ਦਸਮ ਪਾਤਸ਼ਾਹ ਨੇ 3 ਵਾਰ ਸ਼ੇਰ ਦਾ ਸ਼ਿਕਾਰ ਕੀਤਾ, 6ਵੇਂ ਪਾਤਸ਼ਾਹ ਨੇ ਸ਼ੇਰ ਦਾ ਸ਼ਿਕਾਰ ਕੀਤਾ। ਔਰ ਇੱਕ ਗੱਲ ਹੋਰ ਵੀ ਖਿਆਲ ਕਰਿਓ, ਜਿੰਨੇ ਸ਼ਿਕਾਰ ਦਸਮ ਪਾਤਸ਼ਾਹ ਤੋਂ ਲੈ ਕੇ ਹਰੀ ਸਿੰਘ ਨਲੂਆ ਵੱਲੋਂ ਕੀਤੇ ਗਏ ਨੇ, ਤਕਰੀਬਨ ਉਹਨਾਂ ਸ਼ੇਰਾਂ ਦੇ ਸ਼ਿਕਾਰ ਕੀਤੇ ਗਏ ਨੇ ਜਿਨ੍ਹਾਂ ਦੇ ਬਾਰੇ ਲੋਕ ਆ ਕੇ ਕਰਦੇ ਸੀ ਕਿ ਪਾਤਸ਼ਾਹ ਸ਼ੇਰ ਆਦਮਖੋਰ ਹੋ ਗਿਆ, ਪਿੰਡਾਂ 'ਚੋਂ ਬੰਦੇ ਖਾਣ ਲੱਗ ਗਿਆ। ਜਦੋਂ ਸ਼ੇਰ ਆਦਮਖੋਰ ਹੋ ਜਾਂਦਾ ਫਿਰ ਉਹ ਆਮ ਜਾਨਵਰ ਨਹੀਂ ਖਾਂਦਾ, ਫਿਰ ਉਹ ਬੰਦੇ ਦਾ ਮਾਸ ਖਾਂਦਾ। ਜਿਹੜੇ ਸ਼ੇਰ ਆਦਮਖੋਰ ਹੋ ਜਾਂਦੇ ਸੀ ਉਦੋਂ ਉਹਨਾਂ ਦਾ ਸ਼ਿਕਾਰ ਗੁਰੂ ਪਾਤਸ਼ਾਹ ਵੱਲੋਂ ਕੀਤਾ ਜਾਂਦਾ ਸੀ। ਸੋ ਜਿਹੜਾ ਉਹ ਸਾਡੇ ਧਰਮ ਦੇ ਵਿੱਚ ਉਹ ਬਲੀ ਦੀ ਉਹ ਕੁਰਬਾਨੀ ਦਾ ਕੋਈ ਸਿਧਾਂਤ ਨਹੀਂ, ਕੋਈ ਵਿਚਾਰਧਾਰਾ ਨਹੀਂ। ਜਿੱਥੇ ਜਿੱਥੇ ਅਸੀਂ ਸਿੱਖ ਬੈਠੇ ਹਾਂ ਅਸੀਂ ਕੋਸ਼ਿਸ਼ ਕਰੀਏ ਲਿਖਤੀ ਰੂਪ ਦੇ ਵਿੱਚ ਮੀਡੀਆ ਦੇ ਰਾਹੀਂ ਇਹ ਗੱਲ ਜਿਹੜੇ ਸਾਡੇ ਤਖ਼ਤ ਸਾਹਿਬਾਨ ਨੇ ਉੱਥੋਂ ਤੱਕ ਪਹੁੰਚਾਈਏ ਕਿ ਇਹ ਜਿਹੜੀਆਂ ਪਰੰਪਰਾਵਾਂ ਨੇ। ਮੈਂ ਇਹ ਨਹੀਂ ਕਹਿੰਦਾ ਕਿ ਠੀਕ ਹੈ ਜੇਕਰ ਕਿਸੇ ਨੂੰ ਇੰਨਾ ਹੀ ਖੂਨ ਵਹਾਉਣ ਦਾ ਸ਼ੌਕ ਹੈ, ਮੈਂ ਜਾ ਕੇ ਜੰਗਲ ਦੇ ਵਿੱਚ ਸ਼ੇਰ ਦਾ ਕਰੇ ਸ਼ਿਕਾਰ, ਸਾਨੂੰ ਵੀ ਪਤਾ ਲੱਗੇ ਕਿਰਪਾਨ ਦੇ ਨਾਲ ਸਿੰਘ ਨੇ ਸ਼ੇਰ ਦਾ ਸ਼ਿਕਾਰ ਕੀਤਾ। ਪਰ ਇੱਕ ਬੰਨ ਕੇ ਖਿਆਲ ਕਰਿਓ, 1707 ਦੇ ਵਿੱਚ ਆਗਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਾਦਰ ਸ਼ਾਹ ਨੂੰ ਮਿਲਦੇ ਨੇ ਤੇ ਬਹਾਦਰ ਸ਼ਾਹ ਪਾਤਸ਼ਾਹ ਨੂੰ ਇੱਕ ਸਵਾਲ ਕਰਦਾ, ਕਹਿੰਦਾ ਪਾਤਸ਼ਾਹ ਮੈਂ ਸੁਣਿਆ ਪਹਾੜੀ ਰਾਜਿਆਂ ਦੇ ਕੋਲੋਂ ਕਿ ਤੁਸੀਂ 3 ਵਾਰ ਸ਼ੇਰ ਦਾ ਸ਼ਿਕਾਰ ਕੀਤਾ। ਪਾਤਸ਼ਾਹ ਹੁਣ ਵੀ ਕਰਕੇ ਵਿਖਾ ਸਕਦੇ ਹੋ ਕਿਉਂਕਿ ਜੈਜੋ ਦੇ ਜੰਗਲ ਦੇ ਵਿੱਚ ਬੜਾ ਖਤਰਨਾਕ ਸ਼ੇਰ ਹੈ। ਪਾਤਸ਼ਾਹ ਕਹਿੰਦੇ ਬਹਾਦਰ ਸ਼ਾਹ ਕਿਉਂ ਨਹੀਂ, ਹੁਣ ਵੀ ਕਰ ਸਕਦਾ। ਉੱਠਣ ਲੱਗਦੇ ਨੇ ਤੇ ਲਾਗੇ ਖੜਾ ਗੁਰੂ ਕਾ ਸਿੱਖ ਭਾਈ ਰੋਸ਼ਨ ਸਿੰਘ, ਕਹਿੰਦਾ ਪਾਤਸ਼ਾਹ ਇਹ ਕਿਵੇਂ ਹੋ ਸਕਦਾ ਹੈ, ਸਿੱਖ ਧਾਬਿਆ ਬੈਠਾ ਹੋਵੇ ਤੁਹਾਡੀ ਤੇ ਸ਼ਿਕਾਰ ਕਰਨ ਵਾਸਤੇ ਤੁਸੀਂ ਜਾਓ, ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਬਹਿ ਜਾਊਂਗਾ, ਸਿੱਖ ਤਵਾਰੀਕ ਦੇ ਵਿੱਚ ਪੜ੍ਹ ਕੇ ਵੇਖ ਲਿਓ। ਪਾਤਸ਼ਾਹ ਆਪਣੀ ਸ਼ਮਸ਼ੀਰ ਦੇਣ ਲੱਗੇ, ਰੋਸ਼ਨ ਦਿਨ ਹੱਥ ਸੀ ਉੱਠ ਖੜਾ ਹੋ ਗਿਆ, ਕਹਿੰਦਾ ਨਹੀਂ ਪਾਤਸ਼ਾਹ, ਜੇ ਮੈਂ ਤੁਹਾਡੀ ਸ਼ਮਸ਼ੀਰ ਦੇ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਤਾਂ ਬਹਾਦਰ ਸ਼ਾਹ ਸੋਚੇਗਾ ਕਿ ਸ਼ਾਇਦ ਤਲਵਾਰ ਦੇ ਵਿੱਚ ਕੋਈ ਕਰਾਮਾਤ ਹੈ, ਕਿਰਪਾਨ 'ਚ ਕੋਈ ਕਰਾਮਾਤ ਹੈ। ਮੈਂ ਤੁਹਾਡੀ ਤਾਂ ਕੀ, ਮੈਂ ਆਪਣੀ ਵੱਡੀ ਸ਼ਮਸ਼ੀਰ ਵੀ ਪਾਤਸ਼ਾਹ ਇੱਥੇ ਰੱਖ ਕੇ ਜਾ ਰਿਹਾ।
ਤੇ ਪਾਤਸ਼ਾਹ ਕਹਿੰਦੇ ਨੇ ਰੋਸ਼ਨ ਸਿੰਘ ਫਿਰ ਸ਼ਿਕਾਰ ਕਿਸ ਤਰ੍ਹਾਂ ਕਰੇਗਾ? ਕਹਿੰਦਾ ਪਾਤਸ਼ਾਹ ਕੁੱਤਕੇ ਦੇ ਨਾਲ, ਡੰਡੇ ਦੇ ਨਾਲ। ਹੁਣ ਬਹਾਦਰ ਸ਼ਾਹ ਸੋਚਦਾ ਹੈ ਕਿ ਉਸ ਆਦਮਖੋਰ ਸ਼ੇਰ ਦਾ ਸ਼ਿਕਾਰ ਕਰਨ ਤੋਂ ਤਾਂ ਮੇਰੇ ਹਥਿਆਰਬੰਦ ਸਿਪਾਹੀ ਜੰਗਲ 'ਚ ਨਹੀਂ ਵੜਦੇ, ਜੈਜੋ ਦੇ ਜੰਗਲ 'ਚ। ਇਹ ਕੈਸਾ ਗੁਰੂ ਔਰ ਕੈਸੇ ਸਿੱਖ, ਆਪਣੀ ਸ਼ਮਸ਼ੀਰ ਵੀ ਲਾ ਕੇ ਵੱਡੀ ਗੁਰੂ ਪਾਤਸ਼ਾਹ ਦੇ ਅੱਗੇ ਰੱਖ ਗਿਆ, ਕਹਿੰਦਾ ਪਾਤਸ਼ਾਹ ਡੰਡੇ ਦੇ ਨਾਲ ਸ਼ਿਕਾਰ ਕਰਨ ਜਾਣਾ। ਸ਼ਾਮ ਹੋਈ ਤਾਂ ਭਾਈ ਰੋਸ਼ਨ ਸਿੰਘ ਦਰਬਾਰ ਦੇ ਵਿੱਚ ਆਉਂਦਾ ਹੈ। ਗੁਰੂ ਪਾਤਸ਼ਾਹ ਤੇ ਬਹਾਦਰ ਸ਼ਾਹ ਬੈਠੇ ਨੇ, ਕਮਰ ਕੱਸੇ ਨੂੰ ਖੋਲ੍ਹ ਕੇ ਉਹਦੀਆਂ ਸ਼ੇਰ ਦੀਆਂ ਲੱਤਾਂ ਬੰਨੀਆਂ ਹੋਈਆਂ ਨੇ ਤੇ ਡੰਡੇ ਮਾਰ ਮਾਰ ਕੇ ਉਹਦਾ ਸਿਰ ਫਿਆ ਹੋਇਆ ਤੇ ਲਿਆ ਕੇ ਬਹਾਦਰ ਸ਼ਾਹ ਦੇ ਅੱਗੇ ਸੁੱਟ ਦਿੰਦਾ। ਬਹਾਦਰ ਸ਼ਾਹ ਜ਼ਮੀਨ ਨੂੰ ਹੱਥ ਲਾ ਕੇ ਕੰਨਾਂ ਨੂੰ ਹੱਥ ਲਾਉਂਦਾ, ਕਹਿੰਦਾ ਲਾਹੌਲ ਕੁਵਤ ਇਲਾ, ਐਸੇ ਸਿੱਖ, ਕਹਿੰਦਾ ਮੈਂ ਕੁਰਬਾਨ ਜਾਂਦਾ। ਆਪਣੇ ਗਲ ਦਾ ਕੈਂਠਾ ਲਾ ਕੇ ਭਾਈ ਰੋਸ਼ਨ ਸਿੰਘ ਦੇ ਗਲ 'ਚ ਪਾਉਣ ਲੱਗਦਾ। ਰੋਸ਼ਨ ਸਿੰਘ ਪਿੱਛੇ ਹੋ ਜਾਂਦਾ, ਕਹਿੰਦਾ ਨਹੀਂ ਬਹਾਦਰ ਸ਼ਾਹ, ਜਿਸ ਗੁਰੂ ਦੀ ਕਿਰਪਾ ਦੇ ਨਾਲ ਕਹਿੰਦਾ ਸਿੰਘ ਸ਼ੇਰ ਦਾ ਸ਼ਿਕਾਰ ਕਰਕੇ ਲੈ ਕੇ ਆਇਆ, ਉਸ ਸਿੰਘ ਦੀ ਝੋਲੀ ਕਿਸੇ ਹੋਰ ਦੇ ਅੱਗੇ ਨਹੀਂ ਅੱਡੀ ਜਾ ਸਕਦੀ, ਜੇ ਮੈਂ ਵਰਦਾਨ ਵੀ ਲਊਂਗਾ ਆਪਣੇ ਗੁਰੂ ਦੇ ਕੋਲੋਂ ਤੇਰੇ ਕੋਲੋਂ ਨਹੀਂ। ਇੰਨਾ ਅਕੀਦਾ, ਇੰਨੀ ਉੱਚੀ ਸਿੱਖਾਂ ਦੀ ਅਜ਼ਮਤ, ਇੰਨੇ ਉੱਚੇ ਸਿਧਾਂਤ, ਇੰਨੀ ਉੱਚੀ ਵਿਚਾਰਧਾਰਾ, ਤੇ ਅੱਜ ਅਸੀਂ ਕੀ ਕਹਿੰਦੇ ਕਿ ਇਹ ਸਿੰਘ ਉਹਨਾਂ ਸਿੰਘਾਂ ਦੇ ਵਾਰਸ ਨੇ ਜਿਹੜੇ ਇੱਕ ਛੋਟੇ ਜਿਹੇ ਜਾਨਵਰ ਦੀਆਂ ਲੱਤਾਂ ਬਾਹਾਂ ਫੰਨ ਕੇ ਉਹਦਾ ਸਿਰ ਵੱਢ ਦਿੰਦੇ ਨੇ, ਇਹ ਸੂਰਬੀਰਤਾ ਕਿੱਥੇ? ਸੋ ਅੱਜ ਅਸੀਂ ਉਸ ਭਾਈ ਰੋਸ਼ਨ ਸਿੰਘ ਦੇ ਵਾਰਸ ਨਹੀਂ, ਅੱਜ ਤੇ ਅਸੀਂ ਇੱਕ ਕਹਿ ਸਕਦੇ ਹਾਂ ਕਿ ਜੇ ਬੁਰਾ ਨਾ ਤੁਸੀਂ ਮੰਨੋ ਤਾਂ ਇੰਝ ਲੱਗਦਾ ਕਿ ਜਲਾਦ ਦਾ ਰੂਪ ਬਣ ਗਏ, ਕਿ ਕਿਸੇ ਧਰਮ ਦੇ ਸਥਾਨ ਦੇ ਉੱਪਰ ਕਿਸੇ ਬਿਲਕੁਲ ਨਿਰਦੋਸ਼ ਜਾਨਵਰ ਨੂੰ ਉਹਨੂੰ ਬਲੀ ਦੇ ਕੇ ਉਹਦਾ ਸਿਰ ਧੜ ਤੋਂ ਜੁਦਾ ਕਰ ਦੇਣਾ, ਕੋਈ ਬਹਾਦਰੀ ਵਾਲਾ ਕੰਮ ਨਹੀਂ। ਸੋ ਜੇ ਕੋਈ ਹੋਰ